ਤਰਨਤਾਰਨ 'ਚ ਇੱਕ ਨਜਾਇਜ਼ ਤੌਰ 'ਤੇ ਲਿੰਗ ਨਿਰਧਾਰਤ ਟੈਸਟ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵੱਲੋਂ ਤਰਨਤਾਰਨ ਦੇ ਪੰਜਾਬ ਅਲਟਰਾਸਾਊਂਡ 'ਤੇ ਛਾਪੇਮਾਰੀ ਕੀਤੀ ਗਈ, ਜਿਸ ਤੋਂ ਲਿੰਗ ਨਿਰਧਾਰਤ ਟੈਸਟ ਕਰਵਾਉਣ ਆਈਆਂ ਔਰਤਾਂ ਅਤੇ ਸੈਂਟਰ ਦੇ ਮਾਲਕ ਨੂੰ ਕਾਬੂ ਕੀਤਾ ਗਿਆ। ਮਾਲਕ ਪਾਸੋਂ 17,500 ਰੁਪਏ ਨਕਦੀ ਵੀ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਇਹ ਸੂਚਨਾ ਆਈ ਸੀ ਕਿ ਉਕਤ ਸੈਂਟਰ ਵਿੱਚ ਨਜਾਇਜ਼ ਕੰਮ ਹੋ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਅੱਜ ਇੱਥੇ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ ਕਾਬੂ ਕੀਤੀਆਂ ਗਈਆਂ ਔਰਤਾਂ ਨੇ ਦੱਸਿਆ ਕਿ ਉਹ ਪੰਜਾਬ ਅਲਟਰਾਸਾਊਂਡ 'ਤੇ ਲਿੰਗ ਨਿਰਧਾਰਤ ਟੈਸਟ ਕਰਵਾਉਣ ਲਈ ਔਰਤਾਂ ਨੂੰ ਲੈ ਕੇ ਆਉਂਦੀਆਂ ਸੀ, ਜਿਸ ਦੇ ਬਦਲੇ ਉਹਨਾਂ ਨੂੰ ਕੁਛ ਨਕਦੀ ਦਿੱਤੀ ਜਾਂਦੀ ਸੀ। ਕੌਣ ਲੈ ਕੇ ਆਇਆ ਤੁਹਾਨੂੰ ਇੱਥੇ? ਹਾਂਜੀ, ਕੌਣ ਲੈ ਕੇ ਆਇਆ ਇੱਥੇ? ਹਾਂਜੀ, ਹਾਂਜੀ, ਕਿੱਥੇ ਤੁਹਾਡਾ ਰਿਹਾਇਸ਼? ਕਿੱਥੇ ਤੁਹਾਡੀ? ਇੱਥੇ ਟੈਸਟ ਕਰਾਇਆ? ਕੀ ਕਰਾਇਆ ਇੱਥੇ? ਕੀ ਕਰਨਾ ਆਏ ਜੀ ਇੱਥੇ? ਅੱਗੇ ਕਿੰਨੇ ਟੈਸਟ ਕਰਾਏ ਜੀ? ਤੀਸਰਾ ਕਿਹੜੀ ਲੈਬ ਹੈ? ਤੁਸੀਂ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ ਟੀਵੀ, ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।